ਸਸੀ ਗਾਲ ਜੀ ਮੇਰਾ ਨਾਮ ਪਰਮਜੀਤ ਕੁਮਾਰ ਪਰਮੁਈ થોਰੇ ਦਿਨ ਪਹਿਲਾਂ ਮੇਰੀ ਵੀਡੀਓ ਵਾਇਰਲ ਹੋਈ ਸੀਗੀ ਜਿਹਨੂੰ ਵੇਖ ਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨੇ ਮੈਨੂੰ 26 ਜਨਵਰੀ ਨੂੰ ਸੀਐਮ ਹਾਊਸ ਸੈਕਟਰੀਕ ਚੰਡੀਗੜ੍ਹ ਵਿਖੇ ਬੁਲਾਇਆ ਸੀਗਾ ਤੇ ਇੱਕ ਤੀਨ ਨੂੰ ਮੈਂ ਸੀਐਮ ਹਾਊਸ ਚੰਡੀਗੜ੍ਹ ਆ ਕੇ ਮਾਨ ਸਾਹਿਬ ਜੀ ਨਾਲ ਗੱਲਾਂਬੱਤਾਂ ਕੀਤੀਆਂ ਤੇ ਉਹਨਾਂ ਨੇ ਮੇਰੀ ਅਚੀਵਮੈਂਟ ਵੇਖ ਕੇ ਮੈਨੂੰ ਸਪੋਰਟ ਡਿਪਾਰਟਮੈਂਟ ਦੇ ਵਿੱਚ ਐਜੇ ਕੋਈ ਦਾ ਵਾਦਾ ਕੀਤਾ ਤੇ ਉਹ ਵਾਦਾ ਉਹਨਾਂ ਨੇ ਅੱਜ ਮੈਨੂੰ 3 ਤਰੀਕ ਨੂੰ ਸੀਐਮ ਹਾਊਸ ਬੁਲਾ ਕੇ ਮੈਨੂੰ ਜੁਆਇਨਿੰਗ ਲੈਟਰ ਦੇ ਕੇ ਆਪਣਾ ਵਾਦਾ ਪੂਰਾ ਕੀਤਾ। ਇਹ ਸਰਕਾਰ ਤੋਂ ਬਹੁਤ ਉਮੀਦ ਆਈ ਬਹੁਤ ਪਲੇਰਾਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੋਈ ਹੈ ਇਹ ਉਹਨਾਂ ਪਲੇਰਾਂ ਨੂੰ ਹੀ ਇਹ ਸਰਕਾਰ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਵੰਦਾ ਹੱਕ ਜ਼ਰੂਰ ਮਿਲੇਗਾ ਇਹ ਇਹ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਪੋਰਟਸਮੈਨਾਂ ਦੇ ਪ੍ਰਤੀ ਸਪੈਸ਼ਲ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਇਹਦੇ ਕਿਸੇ ਕਾਰਨ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲ ਸਕਿਆ। ਉਹਨਾਂ ਪਲੇਅਰਾਂ ਨੂੰ ਇਸ ਸਰਕਾਰ ਦੇ ਵਿੱਚ ਜਰੂਰ ਹੱਕ ਮਿਲੂਗਾ ਜਿਨ੍ਹਾਂ ਨੇ ਕਿਸੇ ਲੈਵਲ ਤੇ ਮਿਹਨਤ ਕੀਤੀ ਹੈ। ਮੈਂ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਦਾ ਤੇ ਪੰਜਾਬ ਸਰਕਾਰ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਮੈਨੂੰ ਅੱਜ ਸੀਐਮ ਹੌਸਤ ਬੁਲਾ ਕੇ ਮੈਨੂੰ ਜੁਆਇਨਿੰਗ ਲੈਟਰ ਦਿੱਤਾ ਤੇ 6 ਤਰੀਕ ਨੂੰ ਜੁਆਇਨ ਕਰਨ ਬਾਰੇ ਮੈਨੂੰ ਆਦੇਸ਼ ਦਿੱਤੇ। ਥੈਂਕ ਯੂ। ਸਸੀ ਗਾਲ ਜੀ, ਮੇਰਾ ਨਾਮ ਪਰਮਜੀਤ ਕੁਮਾਰ ਪਰਮੁਈ। ਥੋੜੇ ਦਿਨ ਪਹਿਲਾਂ ਮੇਰੀ ਵੀਡੀਓ ਵਾਇਰਲ ਹੋਈ ਸੀਗੀ ਜਿਹਨੂੰ ਵੇਖ ਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨੇ ਮੈਨੂੰ 26 ਜਨਵਰੀ ਨੂੰ ਸੀਐਮ ਹਾਊਸ ਤੋਂ ਸੈਕਟ੍ਰਿਕ ਚੰਡੀਗੜ੍ਹ ਵਿਖੇ ਬੁਲਾਇਆ ਸੀਗਾ ਤੇ ਇੱਕ ਤਰੀਕ ਨੂੰ ਮੈਂ ਸੀਐਮ ਹਾਊਸ ਚੰਡੀਗੜ੍ਹ ਆ ਕੇ ਮਾਨ ਸਾਹਿਬ ਜੀ ਨਾਲ ਗੱਲਾਂបੱਤਾਂ ਕੀਤੀਆਂ ਤੇ ਉਹਨਾਂ ਨੇ ਮੇਰੀ ਅਚੀਵਮੈਂਟ ਵੇਖ ਕੇ ਮੈਨੂੰ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਐਜੇ ਕੋਈ ਦਾ ਵਾਦਾ ਕੀਤਾ ਤੇ ਉਹ ਵਾਦਾ ਉਹਨਾਂ ਨੇ ਅੱਜ ਮੈਨੂੰ 3 ਤਰੀਕ ਨੂੰ ਸੀਐਮ ਹਾਊਸ ਬੁਲਾ ਕੇ ਮੈਨੂੰ ਜੁਆਇਨਿੰਗ ਲੈਟਰ ਦੇ ਕੇ ਆਪਣਾ ਵਾਦਾ ਪੂਰਾ ਕੀਤਾ ਇਹ ਸਰਕਾਰ ਤੋ ਬਹੁਤ ਉਮੀਦ ਆਈ ਬਹੁਤ ਪਲੇਅਰਾਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੋਈ ਹੈ ਇਹ ਉਹਨਾਂ ਪਲੇਅਰਾਂ ਨੂੰ ਹੀ ਇਹ ਸਰਕਾਰ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਬੰਦਾ ਹੱਕ ਜ਼ਰੂਰ ਮਿਲੂਗਾ ਇਹ ਇਹ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਪੋਰਟਸਮੈਨਾਂ ਦੇ ਪ੍ਰਤੀ ਸਪੈਸ਼ਲ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਇਹਦੇ ਕਿਸੇ ਕਾਰਨ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲ ਸਕਿਆ ਉਹਨਾਂ ਪਲੇਅਰਾਂ ਨੂੰ ਇਹ ਸਰਕਾਰ ਦੇ ਵਿੱਚ ਜ਼ਰੂਰ ਹੱਕ ਮਿਲੂਗਾ ਇਹ ਜਿਨ੍ਹਾਂ ਨੇ ਕਿਸੇ ਲੈਵਲ ਤੇ ਮਿਹਨਤ ਕੀਤੀ ਹੈ ਮੈਂ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਦਾ ਤੇ ਪੰਜਾਬ ਸਰਕਾਰ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਸੀਐਮ ਹਾਊਸ ਬੁਲਾ ਕੇ ਮੈਨੂੰ ਜੁਆਇਨਿੰਗ ਲੈਟਰ ਦਿੱਤਾ ਤੇ 6 ਤਰੀਕ ਨੂੰ ਜੁਆਇਨ ਕਰਨ ਬਾਰੇ ਮੈਨੂੰ ਆਦੇਸ਼ ਦਿੱਤੇ ਥੈਂਕ ਯੂ ਸੱਗੀ ਗਾਲ ਜੀ ਮੇਰਾ ਨਾਮ ਪਰਮਜੀਤ ਕੁਮਾਰ ਪਰਮੁਈ થોੜੇ ਦਿਨ ਪਹਿਲਾਂ ਮੇਰੀ ਵੀਡੀਓ ਵਾਇਰਲ ਹੋਈ ਸੀਗੀ ਜਿਹਨੂੰ ਵੇਖ ਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਨੇ ਮੈਨੂੰ 26 ਜਨਵਰੀ ਨੂੰ ਸੀਐਮ ਹਾਊਸ ਡਾਇਰੈਕਟ੍ਰਿਕ ਚੰਡੀਗੜ੍ਹ ਵਿਖੇ ਬੁਲਾਇਆ ਸੀਗਾ ਤੇ 1 ਤਰੀਕ ਨੂੰ ਮੈਂ सीएम हाउस चंडीगढ़ आके मान साहब जी ਨਾਲ ਗੱਲਾਂបੱਤਾਂ ਕੀਤੀਆਂ ਤੇ ਉਹਨਾਂ ਨੇ ਮੇਰੀ ਅਚੀਵਮੈਂਟ ਵੇਖ ਕੇ ਮੈਨੂੰ ਸਪੋਰਟ ਡਿਪਾਰਟਮੈਂਟ ਦੇ ਵਿੱਚ ਐਜੇ ਕੋਈ ਦਾ ਵਾਦਾ ਕੀਤਾ ਤੇ ਉਹ ਵਾਦਾ ਉਹਨਾਂ ਨੇ ਅੱਜ ਮੈਨੂੰ 3 ਤਰੀਕ ਨੂੰ सीएम हाउस ਬੁਲਾ ਕੇ ਮੈਨੂੰ ਜੁਆਇਨਿੰਗ ਲੈਟਰ ਦੇ ਕੇ ਆਪਣਾ ਵਾਦਾ ਪੂਰਾ ਕੀਤਾ ਇਹ ਸਰਕਾਰ ਤੋਂ ਬਹੁਤ ਉਮੀਦ ਆਈ ਬਹੁਤ ਪਲੇਅਰਾਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੋਈ ਹੈ ਇਹ ਉਹਨਾਂ ਪਲੇਅਰਾਂ ਨੂੰ ਹੀ ਇਹ ਸਰਕਾਰ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਬੰਦਾ ਹੱਕ ਜ਼ਰੂਰ ਮਿਲੇਗਾ ਇਹ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਪੋਰਟਸਮੈਨਾਂ ਦੇ ਪ੍ਰਤੀ ਸਪੈਸ਼ਲ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਇਹਦੇ ਕਿਸੇ ਕਾਰਨ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲ ਸਕਿਆ ਉਹਨਾਂ ਪਲੇਅਰਾਂ ਨੂੰ ਇਹ ਸਰਕਾਰ ਦੇ ਵਿੱਚ ਜ਼ਰੂਰ ਹੱਕ ਮਿਲੇਗਾ ਜਿਨ੍ਹਾਂ ਨੇ ਕਿਸੇ ਲੈਵਲ ਤੇ ਮਿਹਨਤ ਕੀਤੀ ਹੈ ਮੈਂ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਦਾ ਤੇ ਪੰਜਾਬ ਸਰਕਾਰ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਜੇ ਮਾਉਥ ਬਲਾਕੇ ਮੈਨੂੰ ਜੁਆਇਨਿੰਗ ਲੈਟਰ ਦਿੱਤਾ ਤੇ 6 ਤਰੀਕ ਨੂੰ ਜੁਆਇਨ ਕਰਨ ਬਾਰੇ ਮੈਨੂੰ ਆਦੇਸ਼ ਦਿੱਤੇ ਥੈਂਕ ਯੂ